मेरे वीरों से भैनों आज कुछ खुशी खबर है खुशी है कि अपनी फसल पूरी कनक दी। आ चुकी है कणक की और की पिछले साल नालों जी एक सौ उन्ती लाख टन से एतकी आप एक सौ बत्ती लाख टन तक पहुँच गए हैं और जितने पहला पिछले साल किसान ने चौबीस हज़ार छः सौ करोड़ कमाया सी ऐत की हज़ार करोड़ कमा रहे तो ਇਹਦੇ باوجود ਕਿ ਮਹਾਮਾਰੀ ਚੱਲ ਰਹੀ ਹੈ ਇਹਦੇ باوجود ਕਿ ਮੌਸਮ ਵੀ ਖਰਾਬ ਹੁੰਦੀ ਆਈ ਹੈ ਫੇਰ ਵੀ ਤੁਸੀਂ ਆ ਹਿੰਮਤ ਜਿਹੜੀ ਕੀਤੀ ਹੈ ਦੇਸ਼ ਵਾਸਤੇ ਤੁਸੀਂ ਇਨਾ ਇਨਾ ਪੈਦਾ ਕੀਤਾ ਹੈ ਔਰ ਆਪਣੇ ਆਪ ਵਾਸਤੇ ਵੀ ਆਪਣੇ ਪਰਿਵਾਰਾਂ ਦੇ ਵਾਸਤੇ ਵੀ ਤੁਸੀਂ ਇੰਨੀ ਪੈਰਾਂਵਾਰ ਕਰ ਸਕਿਓ ਹੁਣ ਇੱਕ ਜੰਗ ਤਾਂ ਆਪਾਂ ਲੜ ਲਿਆ ਆ ਹੁਣ ਤੁਸੀਂ ਚੋਣਾਂ ਦੀ ਆਉਗਾ ਅੱਗੇ ਪਰ ਇਹਦੇ ਦੌਰਾਨ ਆ ਮੈਂ ਠੁਨੂਕ ਇਹ ਇਹ ਮਹਾਮਾਰੀ ਦੇ ਬਾਰੇ ਥੋੜਾ ਫੇਰ ਕਹਿਣਾ ਚਾਹੁੰਦਾ ਮੇਰੀ ਡਿਊਟੀ ਬਣਦੀ ਹੈ ਕਿ ਤੁਹਾਨੂੰ ਮੈਂ ਇਹ ਸਮਝਾਵਾਂ ਕਈ ਲੋਕ ਅੱਜ ਵੀ ਨਹੀਂ ਸਮਝ ਰਹੇ 14 ਮਹੀਨੇ ਹੋ ਗਏ ਨੇ ਜਾਇ ਮਹਾਮਾਰੀ ਸ਼ੁਰੂ ਹੋਈ ਸੀ ਪਿਛਲੇ ਮਾਰਚ ਵਿੱਚ ਆ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਕਿੰਨੇ ਇੱਥੇ ਮਹਾਮਾਰੀ ਦੇ ਕੇਸ ਹੋਏ ਨੇ 4 ਲੱਖ 75950 ਐਨੇ ਕੇਸ ਆਪਣੇ ਕੱਲ੍ਹ ਸ਼ਾਮ ਤੱਕ ਹੋਏ ਨੇ ਪੰਜਾਬ ਦੇ ਵਿੱਚ ਔਰ ਕੱਲ ਦੇ ਦਿਨ 8494 ਇੱਕ ਦਿਨ 'ਚ ਐਨੇ ਕੇਸ ਟੋਟਲ ਜਿਹੜੇ ਮਹਾਮਾਰੀ ਦੇ ਮੌਤਾ ਹੋਈਆਂ ਨੇ 11297 ਔਰ ਕੱਲ ਦੇ ਦਿਨ 184 ਆਕਸੀਜਨ ਤੇ ਜਿਹੜੇ ਨੇ ਲੋਕ 9619 ਅੱਜ ਦੇ ਦਿਹਾੜੇ ਆਕਸੀਜਨ ਦੇ ਉੱਪਰ ਨੇ ਔਰ 429 ਵੈਂਟੀਲੇਟਰ ਮਸ਼ੀਨਾਂ ਤੇ ਇਹ ਅੱਛੀ ਗੱਲ ਨਹੀਂ ਹੈ ਤਿੰਨ ਕਿਸਮ ਦੇ ਤਿੰਨ ਲੈਵਲ ਹੁੰਦੇ ਨੇ ਮਹਾਮਾਰੀ ਦੇ ਪਹਿਲਾ ਲੈਵਲ ਸੈਕੰਡ ਦੂਜਾ ਲੈਵਲ ਔਰ ਤੀਜਾ ਲੈਵਲ ਪਹਿਲਾ ਲੈਵਲ ਤਾਂ ਜਦੋਂ ਥੋੜਾ ਬਹੁਤਾ ਤੁਸੀਂ ਮਹਾਮਾਰੀ ਹੁੰਦੀ ਹੈ ਤੁਹਾਨੂੰ ਡਾਕਟਰ ਕਹਿੰਦੇ ਨੇ ਘਰ ਦੇ ਵਿੱਚ ਗੋਰੀਆਂ ਖਾ ਕੇ ਤੁਸੀਂ ਉੱਥੇ ਰਹੋ ਔਰ ਠੀਕ ਹੋ ਜਾਓਗੇ ਦੂਜੀ ਜਦੋਂ ਕਦੇ ਕਿਤੇ ਆਕਸੀਜਨ ਦੀ ਲੋੜ ਪੈਂਦੀ ਹੈ ਤੁਹਾਡਾ ਆਕਸੀਜਨ ਲੈਵਲ ਘਿਰ ਜਾਂਦਾ ਹੈ ਉਹ ਦੋ ਜਿਹੜਾ ਲੈਵਲ ਹਸਪਤਾਲ ਜਾਣਾ ਪੈਂਦਾ ਹੈ ਔਰ ਤੀਸਰਾ ਲੈਵਲ ਜਦੋਂ ਬਹੁਤ ਅਖੀਰ ਚ ਜਾ ਕੇ ਤੁਸੀਂ ਹਸਪਤਾਲ ਜਾਓ ਕਿਤੇ ਕਿਤੇ ਤਾਂ ਦੋ ਲੈਵਲ ਦੀ ਲੋੜ ਹੀ ਨਹੀਂ ਡਾਕਟਰ ਕਹਿੰਦੇ ਨੇ ਐਨੇ ਲੇਟ ਆਉਂਦੇ ਨੇ ਲੋਕ ਕਿ ਸਿੱਧੇ ਲੈਵਲ 3 ਦੇ ਵਿੱਚ ਚਲੇ ਜਾਂਦੇ ਨੇ ਔਰ ਉਰੋਂ ਤੁਹਾਨੂੰ ਮਸ਼ੀਨਾਂ ਤੇ ਲਾਉਣਾ ਪੈਂਦਾ ਵਗੈਰਾ ਕਿਉਂ ਕਰਦੇ ਹੋ ਤੁਸੀਂ ਇਹ ਗੱਲ ਮੈਂ ਬਾਰ ਬਾਰ ਤੁਹਾਨੂੰ ਕਹਿਣਾ ਹੈ ਕਿ ਆਪਣੇ ਆਪ ਨੂੰ ਬਚਾਉਣਾ ਹੈ ਆਪਣੇ ਪਰਿਵਾਰਾਂ ਨੂੰ ਬਚਾਉਣਾ ਹੈ ਜੈਸੇ ਹੀ ਕੋਈ ਥੋੜੀ ਬਹੁਤੀ ਵੀ ਤੁਹਾਨੂੰ ਤੇ ਕੋਈ ਤੁਹਾਨੂੰ ਲੱਗਦਾ ਹੈ ਕਿ ਮੇਰੇ ਤੇ ਕੋਈ ਜੁਖਾਮ ਹੋ ਗਿਆ ਜਾਂ ਗੜਾ ਖਰਾਬ ਹੈ ਜਾਂ ਮੇਂ ਪੇਟ ਖਰਾਬ ਹੈ ਜਾਂ ਕੋਈ ਛਾਤੀ ਦੀ ਦਰਦ ਹੈ ਜਾਂ بدن ਦੇ ਵਿੱਚ ਦਰਦ ਹੈ ਤੁਸੀਂ ਇੱਕਦਮ ਆਪਣੇ ਡਾਕਟਰ ਕੋਲ ਜਾਓ ਉਹਨੂੰ ਫੈਸਲਾ ਕਰਨ ਦਿਓ ਕਿ ਤੁਹਾਨੂੰ ਕੀ ਹੈ ਕਈ ਆਪਣੇ ਘਰਾਂ ਚ ਪੈਂਦੇ ਨੇ ਕੁਛ ਨਹੀਂ ਜੀ ਟਾਈਫਾਇਡ ਹੋ ਗਿਆ ਜੀ ਮਲੇਰੀਆ ਹੋ ਗਿਆ ਜੀ ਆਪ ਹੀ ਠੀਕ ਹੋ ਜਾਊਗਾ ਔਰ ਆ ਕੰਮ ਇੱਥੇ ਹੁੰਦਾ ਹੈ ਤਾਂ ਜਾ ਕੇ ਹੁਣ ਦੇਖ ਲਓ ਅਸੀਂ ਹਰ ਹਸਪਤਾਲ ਦੇ ਵਿੱਚ ਬੈੱਡ ਰੱਖੇ ਨੇ ਲੈਵਲ 2 ਦੇ ਬੈੱਡ ਨੇ ਔਰ ਲੈਵਲ 3 ਦੇ ਬੈੱਡ ਨੇ ਲੈਵਲ 2 ਦੇ ਬੈੱਡ ਤਾਂ ਸਾਡੇ ਕੋਲ ਤਕਰੀਬਨ ਅੱਧੇ ਇਸਤੇਮਾਲ ਹੋ ਗਏ ਨੇ ਬਾਕੀ ਸਾਡੇ ਕੋਲ ਪਏ ਨੇ ਲੈਵਲ 3 ਤਕਰੀਬਨ 90% ਤੇ ਚਲੇ ਗਏ ਸਾਡੇ ਬੈੱਡ ਜਿਹੜੇ ਔਰ ਨਵੇਂ ਸਾਨੂੰ 2000 ਬੈੱਡ ਹੋਰ ਲਾਉਣੇ ਪੈ ਰਹੇ ਨੇ ਕਿਉਂ ਕਿ ਕਿਉਂਕਿ ਤੁਸੀਂ ਸਮੇਂ ਸਿਰ ਆਪਣੇ ਹਸਪਤਾਲ 'ਚ ਨਹੀਂ ਪਹੁੰਚੇ ਆ ਮੁਸੀਬਤ ਮੈਨੂੰ ਆ ਰਹੀ ਹੈ ਕਿ ਮੈਂ ਕਿਸੇ ਨੂੰ ਸਮਝਾ ਨਹੀਂ ਸਕਿਆ ਹੈ ਸਮਝੋ ਕਿ ਲੈਵਲ 3 ਤਾਈਂ ਨਾ ਤੁਸੀਂ ਉੱਥੇ ਪਹੁੰਚਣ ਦਿਓ ਪਹਿਲਾਂ ਹੀ ਜਦ ਤੁਹਾਨੂੰ ਥੋੜੇ ਬਹੁਤਾ ਕੋਈ ਬਿਮਾਰੀਆਂ ਤੁਸੀਂ ਜਾਓ ਡਾਕਟਰ ਕੋਲ ਔਰ ਲੈਵਲ ਆਪਣੇ ਯਾਦਾ ਖਰਚ ਤੁਹਾਨੂੰ ਦਵਾਈ ਦੇ ਦਊਗਾ ਔਰ ਘਟਾ ਨਹੀਂ ਤੁਹਾਨੂੰ ਲੈਵਲ 2 ਚ ਜਾਣਾ ਪਊ ਲੈਵਲ 3 ਤੇ ਕਿਉਂ ਪਹੁੰਚਦੇ ਹੋ ਲੈਵਲ 3 ਤੇ ਬੱਚਾ ਬੜਾ ਘਟਾ ਇਹਨੂੰ ਬੰਦਾ ਕਿਉਂ ਆਪਾਂ ਆਪਣੇ ਪੰਜਾਬ ਦਾ ਆਪਣੇ ਪਰਿਵਾਰਾਂ ਦਾ ਆਪਣੇ ਆਪ ਦਾ ਨੁਕਸਾਨ ਆਪਾਂ ਕਰਾ ਰਹੇ ਆ ਤਾਂ ਮੇਰੀ ਬੇਨਤੀ ਹੈ ਤੁਹਾਨੂੰ ਕਿ ਆ ਤੁਸੀਂ ਹੁਣ ਇਹ ਜਿਹੜੇ 2 ਮਹੀਨੇ ਪਾਪਾ ਨੂੰ ਪਏ ਨੇ ਤੁਸੀਂ ਹਿੰਮਤ ਕਰੋ ਆਪਣੇ ਪਰਿਵਾਰਾਂ ਅਸੀਂ ਠੀਕ ਰਿਪੇਰੇ ਕਹਿੰਨੇ ਪਿੰਡਾਂ ਦੇ ਵਿੱਚ ਹੁਣ ਪਿੰਡਾਂ ਦੇ ਵਿੱਚ ਇਹ ਬਿਮਾਰੀ ਪਹਿਨੀ ਪਹਿਨਾ ਸ਼ਹਿਰਾਂ 'ਚ ਸੀ ਹੁਣ ਪਿੰਡਾਂ ਦੇ ਵਿੱਚ ਆ ਗਈ ਠੀਕ ਰਿਪੇਰੇ ਨਾ ਹੋ ਤੁਸੀਂ ਲੋਕਾਂ ਨੂੰ ਨਾ ਬੜਨਦੇ ਉੱਥੇ ਲੋਕਾਂ ਨੂੰ ਜੇ ਨਹੀਂ ਬਿਮਾਰੀਆਂ ਨੂੰ ਕੋ ਬਾਹਰ ਹੀ ਚਲੇ ਜਾਵੇ ਤੁ ਯਾਰ ਜਾ ਕੇ ਡਾਕਟਰ ਕੋ ਲੈ ਕੇ ਸਰਟੀਫਿਕੇਟ ਲੈ ਕੇ ਆਓ ਆ ਤਰੀਕਾ ਤੁਹਾਨੂੰ ਕਰਨਾ ਪਊਗਾ ਅਗਰ ਆਪਣੇ ਪੰਜਾਬ ਨੂੰ ਬਚਾਣਾ ਹੈ ਦੇਖੋ ਦੁਨੀਆ ਦੇ ਵਿੱਚ ਕਿਵੇਂ ਫੈਲ ਰਹੀ ਹੈ ਅਮਰੀਕਾ ਦੇਖ ਲਓ ਯੂਰਪ ਦੇਖ ਲਓ ਯੂਕੇ ਦੇਖ ਲਓ ਸਾਰੇ ਕਿਤੇ ਦੇਖ ਲਓ ਹਿੰਦੁਸਤਾਨ ਦੇ ਹੋਰ ਸੁਭੇ ਨੂੰ ਦੇਖ ਲਓ ਦਿੱਲੀ ਦੇਖ ਲਓ ਸਾਡਾ ਜਿਹੜਾ ਕੈਪੀਟਲ ਹੈ ਇੰਡੀਆ ਦਾ ਉੱਥੇ ਪਤਾ ਨਹੀਂ ਕਿੰਨੇ ਰੋਜ਼ 27 28 ਹਜ਼ਾਰ ਮੁੰਬਈ ਦੇਖ ਲਓ ਭਰ ਗਿਆ ਇੱਥੇ ਲੋਗਾ ਨਾਲ ਔਰ ਕਿੰਨੀਆਂ ਮੌਤਾਂ ਹੋਈਆਂ ਨੇ ਇੱਥੇ ਆਪਾਂ ਕੀ ਪੰਜਾਬ ਨੂੰ ਚਾਹੁੰਦੇ ਆ ਕਿ ਇੱਥੇ ਇਹ ਜਿਹੇ ਹਾਲਾਤ ਇੱਥੇ ਬਣਨ ਸਰਕਾਰ ਦੀ ਮਦਦ ਕਰੋ ਡੇਲੀ ਮੈਂ ਇਹ ਰਿਪੋਰਟ ਲੈਣਾ ਡੇਲੀ ਮੈਂ ਦੇਖ ਰਿਹਾ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ ਡੇਢ ਹਰ ਦੂਜੇ ਤੇ ਤਿਹੇ ਦਿਨ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਔਰ ਸਮਝਾਉਣ ਦੀ ਕੋਸ਼ਿਸ਼ ਕਰਦਾ ਸਮਝੋ ਔਰ ਮੇਰੀ ਬੇਨਤੀ ਹੈ ਤੁਹਾਨੂੰ ਕੇ ਆਪਣੇ ਪਰਿਵਾਰਾਂ ਨੂੰ ਆਪਣੇ ਗਵਾਂਢੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਰਿਵਾਰ ਆਪਣੇ ਮੁਹੱਲਿਆਂ ਨੂੰ ਆਪਣੇ ਪਿੰਡਾਂ ਨੂੰ ਬਚਾਓ ਔਰ ਇਹ ਤੁਸੀਂੋ ਕਰ ਸਕਦੇ ਹੋ ਹੋਰ ਨਹੀਂ ਕੋਈ ਕਰ ਸਕਦਾ ਤੁਸੀਂ ਅਗਰ ਆਪਣੇ ਆਪ ਥੋੜੀ ਹਿੰਮਤ ਕਰੋਗੇ ਔਰ ਤੁਸੀਂ ਆਪਣੇ ਡਾਕਟਰ ਇਹ ਜੇ ਮਰੀਜ਼ਾਂ ਨੂੰ ਭੇਜ ਸਕੋਗੇ ਡਾਕਟਰ ਕੋਲ ਜਾਂ ਡਾਕਟਰਾਂ ਨੂੰ ਬੁਲਾ ਕੇ ਕਹਿ ਸਕਦੇ ਹੋ ਕਿ ਕਿ ਸਾਡੀਆਂ ਟੀਮਾਂ ਤਾਂ ਘੁਮਰੀਆਂ ਨੇ ਸਾਰੇ ਕਿਤੇ ਔਰ ਉਹਨਾਂ ਦਾ ਚੈੱਕ ਵਗੈਰਾ ਕਰਾ ਸਕਦੇ ਹੋ ਤਾ ਆਪਣਾ ਇਹ ਜਿਹੜੀ ਬਿਮਾਰੀ ਹੈ ਇਹਨੂੰ ਆਪਾਂ ਕੁਝ ਕਾਬੂ ਪਾ ਸਕਾਂਗੇ ਤਾਂ ਮੇਰੀ ਇਹ ਬੇਨਤੀ ਹੈ ਤੁਹਾਨੂੰ ਮੈਂ ਕਈ ਵਾਰ ਕਹਿ ਚੁੱਕਿਆ ਹਾਂ ਔਰ ਇੱਕ ਵਾਰ ਫੇਰ ਮੈਂ ਕਹਿ ਰਹੇ ਹਾਂ ਆਪਣੇ ਪੰਜਾਬ ਨੂੰ ਬਚਾਓ ਆਪਣੇ ਪਰਿਵਾਰਾਂ ਨੂੰ ਬਚਾਓ ਆਪਣੇ ਪਿੰਡਾਂ ਨੂੰ ਆਪਣੇ ਮੁਹੱਲਿਆਂ ਨੂੰ ਬਚਾਓ ਤਾਂ ਕਿ ਆਪਣਾ ਸੂਬਾ ਇੱਕ ਵਾਰ ਇਸ ਮਹਾਮਾਰੀ ਚੋਂ ਬਾਹਰ ਨਿਕਲ ਸਕੇ ਬਹੁਤ ਧੰਨਵਾਦ